ਕਦੇ ਆਈਆਂ ਤਾਂ ਚੱਲਿਆ ਨਾ ਉੱਪਰ ਸੀਗਾ, ਉਹਨੇ ਇੱਕਦਮ ਬ੍ਰੇਕ ਮਾਰੀ ਉਸ ਸਾਈਡ 'ਚ, ਗੁੜੀਆ ਬੈਠੀ ਸੀਗੀ, ਬਾਕੀ ਹੋਰ ਬੈਠੇ ਸੀ, ਆਪ ਹੀ ਬੈਠੇ ਸੀ। ਜੇ ਇਹਨਾਂ ਦਾ ਕੁਛ ਹੋ ਜਾਂਦਾ ਫਿਰ ਦੱਸੋ, ਛੋਟੇ ਬੱਚੇ ਹੀ ਬੈਠੇ, ਛੋਟੇ ਬੱਚੇ ਹੀ ਬੈਠੇ, ਚਾਹ ਹੋ ਗਿਆ ਬਹੁਤ ਜ਼ਿਆਦਾ ਯਾਰ। ਇੱਕ ਚੱਲਦਾ ਹੋਇਆ ਝੂਲਾ ਅੱਤ ਦੇ ਵਿਚਕਾਰ ਹੀ ਰੁਕਿਆ, ਜਿਸ ਦੇ ਕਾਰਨ ਕਈ ਲੋਕ ਉਸਦੇ ਅੰਦਰ ਹੀ ਫਸ ਗਏ ਨੇ ਤੇ ਕੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਦੱਸ ਦਈਏ ਕਿ ਜਿੱਥੇ ਬੱਚੇ ਇਸ ਝੂਲੇ ਦੇ ਵਿੱਚ ਵੱਡੀ ਗਿਣਤੀ 'ਚ ਸਵਾਰ ਸਨ, ਉੱਥੇ ਹੀ ਉਹਨਾਂ ਦੇ ਮਾਪੇ ਵੀ ਇਸ ਝੂਲੇ ਦੇ ਵਿੱਚ ਬੈਠੇ ਸੀ। ਦਰਅਸਲ ਇਹ ਹਾਦਸਾ ਵਾਪਰਿਆ ਕਿਵੇਂ ਤਾਂ ਤੁਹਾਨੂੰ ਦੱਸ ਦਈਏ ਕਿ ਤਕਨੀਕੀ ਖਰਾਬੀ ਦੇ ਕਾਰਨ ਜਦੋਂ ਇਹ ਝੂਲਾ ਉੱਪਰ ਤੋਂ ਹੇਠਾਂ ਨੂੰ ਆ ਰਿਹਾ ਸੀ ਤਾਂ ਅਚਾਨਕ ਹੀ ਵਿਚਕਾਰ ਹੀ ਰੁਕ ਜਾਂਦਾ, ਝਟਕਾ ਲੱਗਦਾ ਅਤੇ ਲੋਕ ਇਸ ਦੇ ਵਿੱਚ ਹੀ ਗਿਰ ਜਾਂਦੇ ਨੇ। ਹਾਲਾਂਕਿ ਗਨੀਮਤ ਰਹਿੰਦੀ ਹੈ ਕੋਈ ਹੇਠਾਂ ਵੱਲ ਨੂੰ ਨਹੀਂ ਗਿਰਦਾ, ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਦੇ ਰਾਮਬਾਗ ਦੇ ਵਿੱਚ ਇਹ ਝੂਲੇ ਲੱਗੇ ਹੋਏ ਸਨ ਅਤੇ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਸਨ ਅਤੇ ਜਦੋਂ ਇਸ ਝੂਲੇ ਦੇ ਵਿੱਚ ਬੈਠੇ, ਪਹਿਲਾ ਚੱਕਰ ਇਸ ਦੇ ਵੱਲੋਂ ਸਹੀ ਲਗਾਇਆ ਗਿਆ ਪਰ ਦੂਸਰੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਇਸ ਨੂੰ ਝਟਕਾ ਲੱਗਦਾ ਅਤੇ ਤਕਨੀਕੀ ਖਰਾਬੀ ਦੇ ਕਾਰਨ ਇਹ ਵਿਚਕਾਰ ਹੀ ਰੁਕ ਜਾਂਦਾ। ਉੱਥੇ ਜਦੋਂ ਲੋਕ ਉੱਤਰ ਕੇ ਪ੍ਰਬੰਧਕਾਂ ਦੇ ਖਿਲਾਫ ਸਖ਼ਤ ਇਤਰਾਜ਼ ਜਤਾਉਂਦੇ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਬੰਧਕ ਵੀ ਆਪਣੀ ਗਲਤੀ ਮੰਨਣ ਦੇ ਜਗ੍ਹਾ ਦੇ ਉੱਤੇ ਉਹ ਕੋਈ ਹਾਦਸਾ ਨਾ ਹੋਣ ਦਾ ਤਰਕ ਦਿੰਦੇ ਨਜ਼ਰ ਆਏ ਨੇ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੁਧਿਆਣਾ ਤੋਂ ਜਦੋਂ ਇਹ ਹਾਦਸਾ ਵਾਪਰਿਆ। ਕਦੇ ਆਈਆਂ ਤਾਂ ਚੱਲਿਆ ਨਾ ਉੱਪਰ ਸੀਗਾ, ਉਹਨੇ ਇੱਕਦਮ ਬ੍ਰੇਕ ਮਾਰੀ ਉਸ ਸਾਈਡ 'ਚ, ਗੁੜੀਆ ਬੈਠੀ ਸੀਗੀ, ਬਾਕੀ ਹੋਰ ਬੈਠੇ ਸੀ, ਆਪ ਹੀ ਬੈਠੇ ਸੀ। ਜੇ ਇਹਨਾਂ ਦਾ ਕੁਛ ਹੋ ਜਾਂਦਾ ਫਿਰ ਦੱਸੋ, ਛੋਟੇ ਬੱਚੇ ਹੀ ਬੈਠੇ, ਛੋਟੇ ਬੱਚੇ ਹੀ ਬੈਠੇ, ਚਾਹ ਹੋ ਗਿਆ ਬਹੁਤ ਜ਼ਿਆਦਾ ਯਾਰ। ਇੱਕ ਚੱਲਦਾ ਹੋਇਆ ਝੂਲਾ ਅੱਤ ਦੇ ਵਿਚਕਾਰ ਹੀ ਰੁਕਿਆ, ਜਿਸ ਦੇ ਕਾਰਨ ਕਈ ਲੋਕ ਉਸਦੇ ਅੰਦਰ ਹੀ ਫਸ ਗਏ ਨੇ ਤੇ ਕੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਦੱਸ ਦਈਏ ਕਿ ਜਿੱਥੇ ਬੱਚੇ ਇਸ ਝੂਲੇ ਦੇ ਵਿੱਚ ਵੱਡੀ ਗਿਣਤੀ 'ਚ ਸਵਾਰ ਸਨ, ਉੱਥੇ ਹੀ ਉਹਨਾਂ ਦੇ ਮਾਪੇ ਵੀ ਇਸ ਝੂਲੇ ਦੇ ਵਿੱਚ ਬੈਠੇ ਸੀ। ਦਰਅਸਲ ਇਹ ਹਾਦਸਾ ਵਾਪਰਿਆ ਕਿਵੇਂ ਤਾਂ ਤੁਹਾਨੂੰ ਦੱਸ ਦਈਏ ਕਿ ਤਕਨੀਕੀ ਖਰਾਬੀ ਦੇ ਕਾਰਨ ਜਦੋਂ ਇਹ ਝੂਲਾ ਉੱਪਰ ਤੋਂ ਹੇਠਾਂ ਨੂੰ ਆ ਰਿਹਾ ਸੀ ਤਾਂ ਅਚਾਨਕ ਹੀ ਵਿਚਕਾਰ ਹੀ ਰੁਕ ਜਾਂਦਾ, ਝਟਕਾ ਲੱਗਦਾ ਅਤੇ ਲੋਕ ਇਸ ਦੇ ਵਿੱਚ ਹੀ ਗਿਰ ਜਾਂਦੇ ਨੇ। ਹਾਲਾਂਕਿ ਗਨੀਮਤ ਰਹਿੰਦੀ ਹੈ ਕੋਈ ਹੇਠਾਂ ਵੱਲ ਨੂੰ ਨਹੀਂ ਗਿਰਦਾ, ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਦੇ ਰਾਮਬਾਗ ਦੇ ਵਿੱਚ ਇਹ ਝੂਲੇ ਲੱਗੇ ਹੋਏ ਸਨ ਅਤੇ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਸਨ ਅਤੇ ਜਦੋਂ ਇਸ ਝੂਲੇ ਦੇ ਵਿੱਚ ਬੈਠੇ, ਪਹਿਲਾ ਚੱਕਰ ਇਸ ਦੇ ਵੱਲੋਂ ਸਹੀ ਲਗਾਇਆ ਗਿਆ ਪਰ ਦੂਸਰੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਇਸ ਨੂੰ ਝਟਕਾ ਲੱਗਦਾ ਅਤੇ ਤਕਨੀਕੀ ਖਰਾਬੀ ਦੇ ਕਾਰਨ ਇਹ ਵਿਚਕਾਰ ਹੀ ਰੁਕ ਜਾਂਦਾ। ਉੱਥੇ ਜਦੋਂ ਲੋਕ ਉੱਤਰ ਕੇ ਪ੍ਰਬੰਧਕਾਂ ਦੇ ਖਿਲਾਫ ਸਖ਼ਤ ਇਤਰਾਜ਼ ਜਤਾਉਂਦੇ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਬੰਧਕ ਵੀ ਆਪਣੀ ਗਲਤੀ ਮੰਨਣ ਦੇ ਜਗ੍ਹਾ ਦੇ ਉੱਤੇ ਉਹ ਕੋਈ ਹਾਦਸਾ ਨਾ ਹੋਣ ਦਾ ਤਰਕ ਦਿੰਦੇ ਨਜ਼ਰ ਆਏ ਨੇ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੁਧਿਆਣਾ ਤੋਂ ਜਦੋਂ ਇਹ ਹਾਦਸਾ ਵਾਪਰਿਆ। ਕਦੇ ਆਈਆਂ ਤਾਂ ਚੱਲਿਆ ਨਾ ਉੱਪਰ ਸੀਗਾ, ਉਹਨੇ ਇੱਕਦਮ ਬ੍ਰੇਕ ਮਾਰੀ ਉਸ ਸਾਈਡ 'ਚ, ਗੁੜੀਆ ਬੈਠੀ ਸੀਗੀ, ਬਾਕੀ ਹੋਰ ਬੈਠੇ ਸੀ, ਆਪ ਹੀ ਬੈਠੇ ਸੀ। ਜੇ ਇਹਨਾਂ ਦਾ ਕੁਛ ਹੋ ਜਾਂਦਾ ਫਿਰ ਦੱਸੋ, ਛੋਟੇ ਬੱਚੇ ਹੀ ਬੈਠੇ, ਛੋਟੇ ਬੱਚੇ ਹੀ ਬੈਠੇ, ਚਾਹ ਹੋ ਗਿਆ ਬਹੁਤ ਜ਼ਿਆਦਾ ਯਾਰ।
ਇੱਕ ਚਲਦਾ ਹੋਇਆ ਝੂਲਾ ਅੱਤ ਦੇ ਵਿਚਕਾਰ ਹੀ ਰੁਕਿਆ ਜਿਸ ਦੇ ਕਾਰਨ ਕਈ ਲੋਕ ਉਸ ਦੇ ਅੰਦਰ ਹੀ ਫਸ ਗਏ ਨੇ ਤੇ ਕੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਦੱਸ ਦਈਏ ਕਿ ਜਿੱਥੇ ਬੱਚੇ ਇਸ ਝੂਲੇ ਦੇ ਵਿੱਚ ਵੱਡੀ ਗਿਣਤੀ 'ਚ ਸਵਾਰ ਸਨ ਉੱਥੇ ਹੀ ਉਹਨਾਂ ਦੇ ਮਾਪੇ ਵੀ ਇਸ ਝੂਲੇ ਦੇ ਵਿੱਚ ਬੈਠੇ ਸੀ। ਦਰਅਸਲ ਇਹ ਹਾਦਸਾ ਵਾਪਰਿਆ ਕਿਵੇਂ ਤਾਂ ਤੁਹਾਨੂੰ ਦੱਸ ਦਈਏ ਕਿ ਤਕਨੀਕੀ ਖਰਾਬੀ ਦੇ ਕਾਰਨ ਜਦੋਂ ਇਹ ਝੂਲਾ ਉੱਪਰ ਤੋਂ ਹੇਠਾਂ ਨੂੰ ਆ ਰਿਹਾ ਸੀ ਤਾਂ ਅਚਾਨਕ ਹੀ ਵਿਚਕਾਰ ਹੀ ਰੁਕ ਜਾਂਦਾ, ਝਟਕਾ ਲੱਗਦਾ ਅਤੇ ਲੋਕ ਇਸ ਦੇ ਵਿੱਚ ਹੀ ਗਿਰ ਜਾਂਦੇ ਨੇ। ਹਾਲਾਂਕਿ ਗਨੀਮਤ ਰਹਿੰਦੀ ਹੈ ਕੋਈ ਹੇਠਾਂ ਵੱਲ ਨੂੰ ਨਹੀਂ ਗਿਰਦਾ, ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਦੇ ਰਾਮਬਾਗ ਦੇ ਵਿੱਚ ਇਹ ਝੂਲੇ ਲੱਗੇ ਹੋਏ ਸਨ ਅਤੇ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਸਨ ਅਤੇ ਜਦੋਂ ਇਸ ਝੂਲੇ ਦੇ ਵਿੱਚ ਬੈਠੇ ਪਹਿਲਾ ਚੱਕਰ ਇਸ ਦੇ ਵੱਲੋਂ ਸਹੀ ਲਗਾਇਆ ਗਿਆ ਪਰ ਦੂਸਰੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਇਸ ਨੂੰ ਝਟਕਾ ਲੱਗਦਾ ਅਤੇ ਤਕਨੀਕੀ ਖਰਾਬੀ ਦੇ ਕਾਰਨ ਇਹ ਵਿਚਕਾਰ ਹੀ ਰੁਕ ਜਾਂਦਾ। ਉੱਥੇ ਜਦੋਂ ਲੋਕ ਉੱਤਰ ਕੇ ਪ੍ਰਬੰਧਕਾਂ ਦੇ ਖਿਲਾਫ ਸਖ਼ਤ ਇਤਰਾਜ਼ ਜਤਾਉਂਦੇ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਬੰਧਕ ਵੀ ਆਪਣੀ ਗਲਤੀ ਮੰਨਣ ਦੇ ਜਗ੍ਹਾ ਦੇ ਉੱਤੇ ਉਹ ਕੋਈ ਹਾਦਸਾ ਨਾ ਹੋਣ ਦਾ ਤਰਕ ਦਿੰਦੇ ਨਜ਼ਰ ਆਏ ਨੇ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੁਧਿਆਣਾ ਤੋਂ ਜਦੋਂ ਇਹ ਹਾਦਸਾ ਵਾਪਰਿਆ।